ਤਾਰਿਆਂ ਦੇ ਸ਼ਹਿਰ ਵਿੱਚ ਰਹਿਣ ਵਾਲੀਏ, ਜਾਨੂ 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 ਸਾਨੂੰ ਕਹਿਣ ਵਾਲੀਏ। ਹੈਲੋ ਐਵਰੀਵਨ, ਮੈਂ ਤੁਹਾਡਾ ਦੋਸਤ ਹੋਸਟ ਸੌਲ ਨਾਜ਼ਰ ਗਿੱਲ। ਓਕੇ, ਤੇ ਅੱਜ ਦੇ ਗਾਣੇ ਦਾ ਟਾਈਟਲ ਏ ਵਨ ਸਾਈਡ। ਓ ਮਾਈ ਗਾਡ, ਵਾਓ! ਤੇ ਗਾਣੇ ਦੀ ਸਟੋਰੀ ਇਹ ਵੇ ਕਿ ਇੱਕ ਕੁੜੀ ਮੁੰਡੇ ਦਾ ਰਿਲੇਸ਼ਨ ਚੱਲਦਾ ਕੋਈ 7-8 ਸਾਲ, ਇੱਕੋ ਸ਼ਹਿਰ ਦੇ ਵਿੱਚ ਰਹਿੰਦੇ ਨੇ, ਤੇ ਬਚਪਨ ਵਾਲਾ ਜਿਹੜਾ ਪਿਆਰ ਹੁੰਦਾ ਨਾ ਉਹ ਸੀਨ ਹੁੰਦਾ ਉਹਨਾਂ ਦਾ। ਫਿਰ ਇੱਕ ਦਿਨ ਇਸ ਤਰ੍ਹਾਂ ਹੁੰਦਾ ਕਿ ਕੁੜੀ ਦੇ ਮਾਂ ਪਿਓ ਜਿਹੜੇ ਨਾ ਸ਼ਹਿਰ ਤੋਂ ਮੂਵ ਔਨ ਹੋ ਜਾਂਦੇ ਨੇ, ਉਹ ਬਾਹਰ ਚਲੇ ਜਾਂਦੇ ਨੇ, ਆਊਟ ਆਫ ਸਿਟੀ ਨਹੀਂ ਆਊਟ ਆਫ ਕੰਟਰੀ। ਮੁੰਡਾ ਰਹਿ ਜਾਂਦਾ ਇਕੱਲਾ, ਅਤੇ ਰੱਖਦਾ ਸਾਂਭ ਕੇ ਕੁੜੀ ਦਾ ਦਿੱਤਾ ਹੋਇਆ ਛੱਲਾ। ਹੱਸਦੇ ਚਿਹਰਿਆਂ ਦਾ ਮਤਲਬ ਇਹ ਨਹੀਂ ਹੁੰਦਾ ਕਿ ਉਹਨਾਂ ਨੂੰ ਕਦੇ ਕੋਈ ਤਕਲੀਫ ਨਹੀਂ ਹੁੰਦੀ, ਉਹਦਾ ਮਤਲਬ ਇਹ ਹੁੰਦਾ ਕਿ ਇਹਨਾਂ ਨੂੰ ਤਕਲੀਫਾਂ ਨਾਲ ਡੀਲ ਕਰਨਾ ਹੁੰਦਾ। ਫਿਰ ਕੁੜੀ ਦੇ ਨਾਲ ਉਹਦੀ ਗੱਲਬਾਤ ਚੱਲਦੀ ਹੈ, ਕੁੜੀ ਉਹਦੇ ਨਾਲ ਗੱਲ ਕਰਦੀ ਹੈ, ਉਹ ਉਹਦੇ ਨਾਲ ਗੱਲ ਕਰਦਾ। ਬਚਪਨ ਵਾਲਾ ਪਿਆਰ ਸੀ ਨਾ ਜਿਹਨੂੰ ਕਹਿੰਦੇ ਨੇ ਨਾ ਪਹਿਲਾ ਪਿਆਰ, ਉਹ ਜਿਹੜਾ ਨਾ ਬਹੁਤ ਮੁਸ਼ਕਲ ਨਾਲ ਖਤਮ ਹੁੰਦਾ। ਬਾਤ ਸਹੀ ਹੈ। ਪਹਿਲੇ ਪਿਆਰ 'ਤੇ ਵੀ ਇੱਕ ਮੈਂ ਗਾਣਾ ਬਣਾਇਆ ਵੇ, ਪਰ ਉਹ ਮੈਂ ਥੋੜ੍ਹਾ ਜਿਹਾ ਨਾ ਅਜੇ ਮੁਕੰਮਲ ਨਹੀਂ ਕੀਤਾ, ਅਤੇ ਉਹ ਜਦੋਂ ਹੋਇਆ ਤਾਂ ਫਿਰ ਉਹਦੇ 'ਤੇ ਵੀਡੀਓ ਬਣਾ ਕੇ ਦੱਸਾਂਗਾ ਤੁਹਾਨੂੰ। ਅੱਛਾ, ਤੇ ਫਿਰ ਦੁਬਾਰਾ ਉਸੇ ਟੌਪਿਕ ਤੇ ਆਨੇ ਆ। ਬ੍ਰੋ, ਯੂ ਆਰ ਅ ਚਲਾਕ ਬ੍ਰੋ। ਫਿਰ ਕੋਈ 3-4 ਮਹੀਨੇ ਇਸ ਤਰ੍ਹਾਂ ਹੋਇਆ ਕਿ ਗੱਲ ਹੁੰਦੀ ਸੀ ਉਹਨਾਂ ਦੀ, ਪਰ ਗੱਲ ਦਾ ਜਿਹੜਾ ਗ੍ਰਾਫ ਸੀ ਨਾ ਉਹ ਛੋਟਾ ਹੋ ਗਿਆ। ਸਮਝ ਰਹੇ ਹੋ? ਸਮਝ ਰਹੇ ਹੋ? ਸਮਝ ਰਹੇ ਹੋ ਨਾ? ਹਾਲ ਚਾਲ ਪੁੱਛ ਲੈਂਦੇ ਸਨ, ਪਰ ਉਹ ਵਾਲੀਆਂ ਗੱਲਾਂ ਨਹੀਂ ਹੁੰਦੀਆਂ ਜਿਹੜੀਆਂ ਹੁੰਦੀਆਂ ਹਨ ਪਹਿਲਾਂ, ਜਿਹਨੂੰ ਕਹਿੰਦੇ ਨਾ ਲੰਮੀਆਂ ਹੋ ਗਈਆਂ ਰਾਤਾਂ ਅਤੇ ਘੱਟ ਗਈਆਂ ਬਾਤਾਂ, ਉਹ ਵਾਲਾ ਸੀਨ ਹੋ ਗਿਆ। ਅੱਛਾ, ਅਤੇ ਫਿਰ ਮੁੰਡੇ ਦੇ ਜ਼ਿਹਨ 'ਚ ਕੁਛ ਸਵਾਲ ਆਉਂਦੇ ਨੇ, ਉਹ ਜਿਹੜੇ ਉਹ ਕੁੜੀ ਨੂੰ ਪੁੱਛਣਾ ਚਾਹੁੰਦਾ, ਅਤੇ ਉਹ ਜਿਹੜੇ ਸਵਾਲ ਹੈ ਨਾ ਉਹ ਹੀ ਹੈ ਗਾਣਾ। ਠੀਕ ਹੈ, ਠੀਕ ਹੈ, ਸਮਝ ਗਿਆ। ਉਹ ਸਵਾਲਾਂ ਦਾ ਜਵਾਬ ਕੁੜੀ ਦਿੰਦੀ ਹੈ ਜਾਂ ਨਹੀਂ ਦਿੰਦੀ, ਉਹ ਤਾਂ ਜਦੋਂ ਗਾਣਾ ਆਪਾਂ ਰਿਕਾਰਡ ਕਰਵਾਵਾਂਗੇ ਉਦੋਂ ਹੀ ਪਤਾ ਚੱਲੇਗਾ। ਤੇ ਗਾਣੇ ਦੇ 50% ਲਿਰਿਕਸ ਮੈਂ ਤੁਹਾਨੂੰ ਸੁਣਾਉਂਦਾ ਵਾਂ। ਚਲੋ ਫਿਰ ਗਾਣਾ ਕਰਦੇ ਹਾਂ ਸਟਾਰਟ। ਤਾਰਿਆਂ ਦੇ ਸ਼ਹਿਰ ਵਿੱਚ ਰਹਿਣ ਵਾਲੀਏ, ਜਾਨੂ 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 ਸਾਨੂੰ ਕਹਿਣ ਵਾਲੀਏ। ਅੱਜ ਕੱਲ੍ਹ ਤੇ ਤੂੰ ਸਿੱਧੇ ਮੂੰਹ ਗੱਲ ਨਾ ਕਰੇ, ਕੋਈ ਲੱਭ ਗਿਆ ਨਵਾਂ ਜਾਂ ਤੂੰ ਤੇਰੀ ਬੇਬੇ ਕੋ ਡਰੇ, ਗੱਲ ਸਾਨੂੰ ਸਮਝਾ ਬੱਲੀਏ। ਤਾਰਿਆਂ ਦੇ ਸ਼ਹਿਰ ਵਿੱਚ ਰਹਿਣ ਵਾਲੀਏ, ਜਾਨੂ 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 ਸਾਨੂੰ ਕਹਿਣ ਵਾਲੀਏ। ਅੱਜ ਕੱਲ੍ਹ ਤੇ ਤੂੰ ਸਿੱਧੇ ਮੂੰਹ ਗੱਲ ਨਾ ਕਰੇ, ਕੋਈ ਲੱਭ ਗਿਆ ਨਵਾਂ ਜਾਂ ਤੂੰ ਤੇਰੀ ਬੇਬੇ ਕੋ ਡਰੇ, ਗੱਲ ਸਾਨੂੰ ਸਮਝਾ ਬੱਲੀਏ। ਗੱਭਰੂ ਨੂੰ ਨਾ ਤਰਪਾ ਬੱਲੀਏ, ਗੱਲ ਇੱਕ ਪਾਸੇ ਲਾ ਬੱਲੀ, ਜਾਂ ਤੇ ਹੋ ਜਾ ਮੇਰੀ ਜਾਂ ਤੇ ਹੋ ਜਾ ਮੇਰੀ, ਜਾਂ ਕਰ ਦੇ ਤੂੰ ਨਾ ਬੱਲੀਏ, ਗੱਲ ਇੱਕ ਪਾਸੇ ਲਾ ਬੱਲੀਏ, ਗੱਲ ਇੱਕ ਪਾਸੇ ਲਾ ਬੱਲੀਏ। ਗੱਭਰੂ ਨੂੰ ਨਾ ਤਰਪਾ ਬੱਲੀਏ, ਗੱਭਰੂ ਨੂੰ ਨਾ ਤਰਪਾ ਬੱਲੀਏ। ਨੀ ਤੂੰ ਨਾਮ ਰਾਜਾ ਲਖਵਾ ਕੇ ਤੇਰੇ ਗੁੱਟ 'ਤੇ, ਮਿੱਠੀਆਂ ਗੱਲਾਂ ਦੇ ਡੋਰੇ ਸੁੱਟੇ ਗਿੱਲਾਂ ਦੇ ਪੁੱਤ 'ਤੇ, ਨੀ ਤੂੰ ਨਾਮ ਰਾਜਾ ਲਖਵਾ ਕੇ ਤੇਰੇ ਗੁੱਟ 'ਤੇ, ਮਿੱਠੀਆਂ ਗੱਲਾਂ ਦੇ ਡੋਰੇ ਸੁੱਟੇ ਗਿੱਲਾਂ ਦੇ ਪੁੱਤ 'ਤੇ। ਜੇ ਤੂੰ ਹੁਣ ਬੱਲੀਏ ਨੀ ਇਗਨੋਰ ਮਾਰੇਂਗੀ, ਸਾਊ ਜੇ ਮੁੰਡੇ ਦੀ ਜਵਾਨੀ ਲੁੱਟ ਕੇ, ਅਤੇ ਫਿਰ ਹੋ ਜਾਏਗੀ ਤਬਾਹ ਬੱਲੀਏ, ਅਤੇ ਫਿਰ ਹੋ ਜਾਏਗੀ ਤਬਾਹ ਬੱਲੀਏ। ਉਹ ਗੱਲ ਇੱਕ ਪਾਸੇ ਲਾ ਬੱਲੀਏ, ਜਾਂ ਤੇ ਹੋ ਜਾ ਮੇਰੀ ਜਾਂ ਮੇਥੋਂ ਦੂਰ ਜਾ ਬੱਲੀਏ, ਗੱਲ ਇੱਕ ਪਾਸੇ ਲਾ ਬੱਲੀਏ, ਜਾਂ ਤੇ ਹੋ ਜਾ ਮੇਰੀ ਜਾਂ ਤੇ ਹੋ ਜਾ ਮੇਰੀ ਜਾਂ ਮੇਥੋਂ ਦੂਰ ਜਾ ਬੱਲੀਏ। ਕਿਆ ਬਾਤ ਹੈ ਸਰ, ਕਿਆ ਬਾਤ ਹੈ ਸਰ, ਕਿਆ ਬਾਤ, ਯੇ ਬਾਤ ਹੈ। ਅੱਛਾ ਯਾਰ, ਗਾਣਾ ਮੈਂ ਤੁਹਾਨੂੰ 50% ਸੁਣਾ ਦਿੱਤਾ, ਬਟ ਥੋੜ੍ਹਾ ਜਿਹਾ ਨਾ ਵਿੱਚ ਗੜਬੜ ਵੀ ਹੈ, ਕੋਈ ਮੈਨੂੰ ਲੱਗਦਾ ਕਿ ਕਿਸੇ ਹੋਰ ਗਾਣੇ ਦਾ ਜਿਹੜਾ ਨਾ ਪੈਰਾ ਮੈਂ ਤੁਹਾਨੂੰ ਸੁਣਾ ਦਿੱਤਾ, ਬਟ ਫਿਰ ਵੀ ਜਿਹੜਾ ਨਾ ਕੰਮ ਚਲਾਓ ਇਹਦੇ ਨਾਲ। ਕੋਈ ਬਾਤ ਨਹੀਂ, ਗਾਣਾ ਪਸੰਦ ਆਇਆ ਤੇ ਲਾਈਕ ਸ਼ੇਅਰ ਐਂਡ ਕਮੈਂਟ ਕਰ ਦਿਓ, ਚੈਨਲ ਵੀ ਸਬਸਕ੍ਰਾਈਬ ਕਰ ਦਿਓ। ਹਮ ਕਰਤੇ ਹੈ ਪ੍ਰਬੰਧ, ਆਪ ਚਿੰਤਾ ਮਤ ਕਰੀਏ। ਤੇ ਫਿਰ ਤੁਹਾਨੂੰ ਮਿਲਦੇ ਹਾਂ ਨੈਕਸਟ ਵੀਡੀਓ 'ਚ, ਉਦੋਂ ਤੱਕ ਗੁੱਡ ਬਾਏ ਐਂਡ ਟੇਕ ਕੇਅਰ। ਬਾਏ ਬਾਏ, ਟਾਟਾ, ਗੁੱਡ ਬਾਏ, ਗਿਆ।